ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਦੇ ਹਾਂ ਮੌਸਮ ਦੀ ਅਗਲੇ 2 ਦਿਨ ਅੱਜ ਅਤੇ ਕੱਲ 13 ਤੇ 14 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਹੜਾ ਸਿਸਟਮ ਪਹੁੰਚ ਰਿਹਾ ਉਸ ਦੀ ਤਾਜ਼ਾ ਅਪਡੇਟ ਕੀ ਹੈ ਸੋ ਪਹਿਲਾਂ ਦੇਖ ਰਿਹਾ ਤਾਜ਼ਾ ਸੈਟਲਾਈਟ ਤਸਵੀਰ ਤਾਂ ਬੱਦਲਬਾਈ ਸਿਸਟਮ ਜਿਹੜੇ ਪੰਜਾਬ ਦੇ ਬਿਲਕੁਲ ਸਰਹੱਦੀ ਖੇਤਰਾਂ ਤੇ ਪਹੁੰਚ ਚੁੱਕਿਆ ਤੇ ਪੰਜਾਬ ਦਾ ਜਿਹੜਾ ਪੱਛਮੀ ਸਰਹੱਦੀ ਜ਼ਿਲ੍ਹੇ ਨੂੰ ਉਹਨਾਂ ਵਿੱਚ ਬੱਦਲਬਾਈ ਦੇਖਣ ਨੂੰ ਵੀ ਮਿਲ ਰਹੀ ਹੈ ਦਰਮਿਆਨੇ ਪੱਧਰ ਦੀ ਹਾਲਾ ਕਿ ਮੀਂਹ ਦੇ ਹਾਲਾਤ ਫਿਲਹਾਲ ਅੱਜ ਘੱਟ ਨਜ਼ਰ ਆ ਰਹੇ ਨੇ ਦੁਪਹਿਰ ਤੱਕ ਥੋੜੀ ਬਹੁਤ ਕਿਣਮਣ ਥੋੜੀ ਹੋ ਸਕਦੀ ਹੈ ਕੁਝ ਕਿਉਂਕਿ ਦਰਮਿਆਨੀ ਬੱਦਲ ਬਈ ਪੰਜਾਬ ਵਿੱਚ ਪੱਛਮੀ ਪਾਸਿਓਂ ਪਹੁੰਚਣੀ ਸ਼ੁਰੂ ਹੋ ਗਈ ਹੈ ਸੋ ਉਹਦੇ ਚੱਲਦੇ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਲੱਗੇ ਪਏ ਜਾਂਦੇ ਨੇ ਪੱਛਮੀ ਏਰੀਆ ਪੰਜਾਬ ਦਾ ਤਾਂ ਉਹਨਾਂ ਭਾਗਾਂ ਵਿੱਚ ਥੋੜੀ ਬਹੁਤ ਕਿਣਮਣ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਔਰ ਜਿਹੜਾ ਇਹ ਸਿਸਟਮ ਦਾ ਜਿਹੜਾ ਜ਼ਿਆਦਾ ਪ੍ਰਭਾਵ ਆ ਉਹ ਆਪਾਂ ਨੂੰ ਸ਼ਾਮ ਦੇ ਆਸ-ਪਾਸ ਤੋਂ ਦੇਖਣ ਨੂੰ ਮਿਲੂਗਾ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਪੰਜਾਬ ਦੇ ਵਿੱਚ ਸੰਘਣੀ ਬੱਦਲਵਾਈ ਆਪਣਾ ਪ੍ਰਭਾਵ ਦਿਖਾਵੇਗੀ ਤੇ ਜਿਹਦੇ ਚੱਲਦੇ ਪੰਜਾਬ ਦੇ ਆਪਾਂ ਨੂੰ ਕਈ ਖੇਤਰਾਂ ਵਿੱਚ ਅੱਜ ਦੇਰ ਸ਼ਾਮ ਜਾਂ ਰਾਤ ਦੇ ਪਹਿਲੇ ਘੰਟਿਆਂ ਦੇ ਵਿੱਚ ਕੁਝ ਇਲਾਕਿਆਂ ਵਿੱਚ ਤਕੜੀਆਂ ਗਰਜ ਚਮਕ ਨਾਲ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਹਨੇਰੀ ਚੱਲਣ ਦੀ ਸੰਭਾਵਨਾ ਵੀ ਬਣ ਸਕਦੀ ਹੈ ਸੋ ਇਸ ਦੇ ਵਿੱਚ ਜਿਹੜੇ ਇਲਾਕੇ ਕਵਰ ਹੋ ਸਕਦੇ ਨੇ ਜੋ ਹੁਣ ਸਵੇਰ ਦੀ ਅਪਡੇਟ ਆ ਰਹੀ ਆ ਉਹਦੇ ਵਿੱਚ ਜਿਹੜਾ ਖਾਸ ਤੌਰ ਤੇ ਪੱਛਮੀ ਮਾਝੇ ਦਾ ਖੇਤਰ ਜੀ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਤਨਤਨ ਸਾਹਿਬ ਦੇ ਇਲਾਕੇ ਹੋਗੇ ਤੇ ਨਾਲ ਆਪਣੇ ਦੱਖਣ ਪੱਛਮੀ ਮਾਲਵੇ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਦੇ ਆਸ-ਪਾਸ ਦੇ ਫਿਰੋਜ਼ਪੁਰ ਦੇ ਹਿੱਸੇ ਇਨ੍ਹਾਂ ਹਿੱਸਿਆਂ ਦੇ ਵਿੱਚ ਅੱਜ ਦੇਰ ਸ਼ਾਮ ਤੇ ਰਾਤ ਦੇ ਸਮੇਂ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਉਸ ਤੋਂ ਬਾਅਦ ਦੁਆਬੇ ਦੇ ਇਲਾਕਿਆਂ ਦੇ ਵਿੱਚ ਵੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਤੇ ਨਾਲ ਲੱਗਦੇ ਮੱਧ ਪੰਜਾਬ ਦੇ ਚਮਾਲਵੇ ਦੇ ਹਿੱਸਿਆਂ ਦੇ ਵਿੱਚ ਜਿਵੇਂ ਬਣੇ ਮੋਗੇ ਜ਼ਿਲ੍ਹੇ ਦੇ ਇਲਾਕੇ ਆਗੇ ਨਾਲ ਲੁਧਿਆਣੇ ਦੇ ਇਲਾਕੇ ਹੋਗੇ ਬਰਨਾਲੇ ਦੇ ਹੋਗੇ ਤੇ ਮਾਨਸਾ ਬਠਿੰਡਾ ਹੋ ਗਿਆ ਸੋ ਇਹ ਇਲਾਕੇ ਵੀ ਅੱਜ ਰਾਤ ਦੇ ਸਮੇਂ ਕਵਰ ਹੋਣ ਦੀ ਸੰਭਾਵਨਾ ਬਣੀ ਹੈ ਸ਼ਾਮ ਰਾਤ ਦੇ ਸਮੇਂ ਇਨ੍ਹਾਂ ਭਾਗਾਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਫਿਰ ਜਿਉਂ-ਜਿਉਂ ਸਮਾਂ ਅੱਗੇ ਵਧੇਗਾ ਤਾਂ ਹੋਰ ਵੀ ਪੰਜਾਬ ਦੇ ਇਲਾਕੇ ਜਿਹੜੇ ਦੱਖਣ ਪੂਰਬੀ ਹਿੱਸੇ ਹੋਗੇ ਜਾਂ ਉੱਤਰ ਪੂਰਬੀ ਲਾ ਕੇ ਜਿਵੇਂ ਚੰਡੀਗੜ੍ਹ ਮੁਹਾਲੀ ਸਾਈਡ ਤੋਂ ਲੈ ਕੇ ਆਪਣੇ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਫਤੇਗੜ ਸਾਹਿਬ ਹੋ ਗਿਆ ਪਟਿਆਲੇ ਦੇ ਇਲਾਕੇ ਹੋਗੇ ਇਹ ਸਾਰੇ ਜਿਹੜੇ ਮਲੇਰਕੋਟਲ ਤੱਕ ਦੇ ਭਾਗ ਨੇ ਇਹ ਉਮੀਦ ਹੈ ਇਹ ਮੰਨ ਲਿਆ ਕਿ ਇਹ ਸਿਸਟਮ ਇਹਨਾਂ ਇਲਾਕਿਆਂ ਨੂੰ ਰਾਤ ਤੱਕ ਕਵਰ ਕਰੇਗਾ ਤੇ ਬਾਕੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਲਗਭਗ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਸੰਭਾਵਨਾ ਮੀਂਹ ਦੀ ਬਣੀ ਹੋਈ ਹੈ ਇਹ ਹੋ ਸਕਦਾ ਹੈ ਕਿ ਜ਼ਿਲ੍ਹੇ ਦੇ ਕੁਝ ਛੋਟੇ-ਮੋਟੇ ਇਲਾਕੇ ਕੁਝ 2-4-5 ਪਿੰਡਾਂ ਦੇ ਹਿੱਸੇ ਉਹ ਇਲਾਕੇ ਕੁਝ ਮੀਂਹ ਤੋਂ ਬਾਂਝੇ ਰਹਿ ਗਏ ਜਾਂ ਹਲਕੀ ਫੁਲਕੀ ਕਿਣਮਣ ਹੋਈ ਸੋ ਜਿਹੇ ਛੋਟੇ ਮੋਟੇ ਇਲਾਕੇ ਵੀ ਤੋਂ ਰਹਿਤ ਰਹਿ ਵੀ ਸਕਦੇ ਨੇ ਕਿਉਂਕਿ ਇਹ ਜਿਹੜਾ ਸਿਸਟਮ ਹੈ ਇੱਕੋ ਸਮੇਂ ਪੰਜਾਬ ਨੂੰ ਕਵਰ ਨਹੀਂ ਕਰੇਗਾ ਵੱਖ-ਵੱਖ ਸਮੇਂ ਦੇ ਵਿੱਚ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਅੱਗੇ ਨਿਕਲੇਗਾ ਸੋ ਇਸ ਦਰਮਿਆਨ ਛੋਟੇ ਮੋਟੇ ਇਲਾਕੇ ਵੀ ਤੋਂ ਰਹਿਤ ਰਹਿ ਵੀ ਸਕਦੇ ਨੇ ਜਾਂ ਕਿਣਮਣ ਤੱਕ ਸੀਮਿਤ ਰਹਿ ਸਕਦੇ ਨੇ ਕੁਝ ਇਲਾਕਿਆਂ ਵਿੱਚ ਤਕੜੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਜਿਸ ਇਲਾਕੇ ਦੇ ਵਿੱਚ ਥੋੜੀ ਜੀ ਨਮੀ ਜ਼ਿਆਦਾ ਹੋਵੇਗੀ ਘਟ ਦਬਾ ਦਾ ਖੇਤਰ ਬਣੇਗਾ ਉਸ ਇਲਾਕੇ ਵਿੱਚ ਤਕੜੀ ਗਰਜ ਚਮਕ ਨਾਲ ਹਨੇਰੀ ਦਾ ਮਾਹ ਸੋ ਕੁੱਲ ਮਿਲਾ ਕੇ ਸੰਖੇਪ ਦੇ ਵਿੱਚ ਇਹੀ ਕਹਾਂਗੇ ਕਿ ਅੱਜ ਲਗਭਗ ਦੁਪਹਿਰ ਬਾਅਦ ਸ਼ਾਮ ਤੋਂ ਲੈ ਕੇ ਰਾਤ ਅੱਜ 13 April ਦੀ ਰਾਤ ਤੇ 14 April ਸਾਰਾ ਦਿਨ ਅਤੇ ਰਾਤ ਤੇ 15 April ਦੀ ਸਵੇਰ ਤੱਕ ਇਸ ਸਿਸਟਮ ਦਾ ਪ੍ਰਭਾਵ ਬੜਾ ਪੰਜਾਬ ਦੇ ਉੱਪਰ ਦੇਖਣ ਨੂੰ ਮਿਲਦਾ ਰਹੇਗਾ ਤੇ ਇਸ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਲਕੀਆਂ ਦਰਮਿਆਨੀਆਂ ਕੁਝ ਇਲਾਕਿਆਂ ਵਿੱਚ ਤੇਜ਼ ਸ਼ਰਾਟੇ ਮੀਂਹ ਦੇ ਵੀ ਦੇਖਣ ਨੂੰ ਮਿਲ ਸਕਦੇ ਨੇ ਹਨੇਰੀ ਤੇ ਨਾਲ ਤੂਫਾਨੀ ਹਵਾਵਾਂ ਵੀ ਕੁਝ ਹਿੱਸਿਆਂ ਵਿੱਚ ਚੱਲ ਸਕਦੀਆਂ ਜਿਨ੍ਹਾਂ ਦੀ ਰਫ਼ਤਾਰ 50 60 70 ਕਿਲੋਮੀਟਰ ਤੱਕ ਜਾ ਸਕਦੀ ਹੈ ਤੇ ਨਾਲ ਗੜੇਮਾਰੀ ਦੀ ਸੰਭਾਵਨਾ ਵੀ ਥੋੜੀ-ਬਹੁਤ ਕੁਝ ਖੇਤਰਾਂ ਵਿੱਚ ਵੰਡਦੇ ਸਕਦੀ ਹੈ ਕਿਉਂਕਿ ਟੈਂਪਰੇਚਰ 5 ਤੋਂ 7 ਡਿਗਰੀ ਲਗਭਗ ਇੱਕ ਦਿਨ ਦੇ ਵਿੱਚ ਡਾਊਨ ਆਉਣਗੇ ਸੋ ਜਿਹੀ ਜਦੋਂ ਵੀ ਕੋਈ ਟੈਂਪਰੇਚਰ ਜ਼ਿਆਦਾ ਇਸ ਤਰ੍ਹਾਂ ਡਿੱਗਦੇ ਨੇ ਤਾਂ ਗੜੇਮਾਰੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਤੇ ਬਾਕੀ ਅੱਜ ਦੁਪਹਿਰ ਸ਼ਾਮ ਦੀ ਜਿਵੇਂ ਵੀ ਅਗਲੀ ਅਪਡੇਟ ਮਿਲਦੀ ਆ ਉਹ ਸਮੇਂ-ਸਮੇਂ ਦੇ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਉਂਕਿ ਇਸ ਸਿਸਟਮ ਦੇ ਵਿੱਚ ਗਰਮੀ ਦਾ ਮੌਸਮ ਹੈ ਸੋ ਸਿਸਟਮ ਇਹਨਾਂ ਦਿਨਾਂ ਵਿੱਚ ਲਗਾਤਾਰ ਆਪਣੇ ਬਦਲਾਅ ਲਿਆਉਂਦੇ ਰਹਿੰਦੇ ਨੇ ਸੋ ਜਿਵੇਂ ਵੀ ਅਗਲੀ ਅਪਡੇਟ ਮਿਲਦੀ ਆ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਸਦੋਂ ਤੱਕ ਲਈ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ